ਪ੍ਰੀਤ ਡੁਗਰੀ ਵੱਲੋਂ ਸਾਡਾ ਪੰਜਾਬੀ ਵਿਰਸਾ ਚੈਨਲ ਨਾਲ ਜੁੜੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ। ਦੋਸਤੋ, ਜਿਵੇਂ ਕਿ ਅਸੀਂ ਸਮੇਂ-ਸਮੇਂ ਤੇ ਪੰਜਾਬੀ ਗੀਤਕਾਰਾਂ ਵਿੱਚ ਲੰਮੀਆਂ ਪੈੜਾਂ ਛੱਡਣ ਵਾਲੇ ਕਲਾਕਾਰ, ਅਦਾਕਾਰ, ਗੀਤਕਾਰਾਂ ਬਾਰੇ ਜਾਣੂ ਕਰਵਾਉਂਦੇ ਰਹਿੰਦੇ ਹਾਂ, ਇਸੇ ਲੜੀ ਤਹਿਤ ਅੱਜ ਅਸੀਂ ਇੱਕ ਵਾਰ ਫਿਰ ਰੂਬਰੂ ਹੋਏ ਹਾਂ ਤੁਹਾਡੇ ਨਾਲ। ਜਿਵੇਂ ਕਿ ਟਾਈਟਲ ਦਿੱਤਾ ਹੈ, ਚਮਕੀਲੇ ਨਾਲ ਕਿਵੇਂ ਮਿਲਣਾ ਹੋਇਆ ਅਮਰਜੋਤ ਦਾ। ਦੋ ਗਾਣਾ ਗਾਇਕੀ ਦੇ ਬਾਦਸ਼ਾਹ ਅਮਰ ਸਿੰਘ ਚਮਕੀਲਾ ਜੀ ਦੀ ਇਹ ਲੜੀ ਮੈਂ ਪੜ੍ਹ ਰਿਹਾ ਹਾਂ, ਸ਼ਹੀਦ ਕਿਤਾਬ ਬਲਰਾਜ ਸਿੰਘ ਸਿੱਧੂ ਦੀ ਪੰਨਾ ਨੰਬਰ 32 ਭਾਗ 14 ਪਹਿਲਾ ਪ੍ਰੋਗਰਾਮ। ਇਸ ਕਿਤਾਬ ਦੇ ਮੁਤਾਬਕ ਦਫ਼ਤਰ ਖੁੱਲ੍ਹਦੇ ਸਾਰ ਹੀ ਤਿੰਨ ਪ੍ਰੋਗਰਾਮ ਬੁੱਕ ਹੋ ਗਏ ਸਨ, ਇੱਕ ਦਾਣਾ ਮੰਡੀ ਮੱਖੂ ਦਾ, ਦੂਜਾ ਜਲੰਧਰ ਨੇੜੇ ਪਿੰਡ ਚਿੱਟੀ ਦਾ ਅਤੇ ਤੀਜਾ ਤਹਿਸੀਲ ਨਕੋਦਰ ਵਿੱਚ ਬਿੱਲੀ ਵੜੈਚ ਦਾ। 3500 ਦੇ ਹਿਸਾਬ ਨਾਲ ਬੁੱਕ ਹੋਏ ਇਹਨਾਂ ਪ੍ਰੋਗਰਾਮਾਂ ਵਿੱਚ 5-500 ਐਡਵਾਂਸ ਮਿਲ ਗਿਆ ਸੀ। ਚਮਕੀਲਾ ਖੁਸ਼ੀ ਵਿੱਚ ਕਲਾਬਾਜ਼ੀਆਂ ਲਾਉਣ ਲੱਗ ਪਿਆ ਸੀ। ਟਿੱਕੀ ਨੇ ਚਮਕੀਲੇ ਨੂੰ ਹਲੂਣਿਆ ਸੀ, ਪ੍ਰੋਗਰਾਮ ਤਾਂ ਬੁੱਕ ਕਰ ਲਏ, ਹੁਣ ਨਾਲ ਗਾਇਕਾ ਕਿਹੜੀ ਲਿਜਾਵੇਂਗਾ। ਚਮਕੀਲੇ ਨੂੰ ਅਚਾਨਕ ਚੇਤਾ ਆਇਆ ਸੀ, ਹਾਂ ਯਾਰ ਇਹ ਤਾਂ ਸੋਚਿਆ ਹੀ ਨਹੀਂ, ਹੁਣ ਕੀ ਕਰੀਏ। ਸ਼ਿੰਦੇ ਦੇ ਦਫ਼ਤਰ ਚੱਲ ਕੇ ਪੁੱਛਦੇ ਹਾਂ, ਉੱਥੋਂ ਸ਼ਾਇਦ ਕੋਈ ਲੇਡੀ ਆਰਟਿਸਟ ਮਿਲ ਜਾਵੇ, ਟਿੱਕੀ ਨੇ ਸਲਾਹ ਦਿੱਤੀ ਸੀ। ਠੀਕ ਆ ਚੱਲ, ਚਮਕੀਲਾ ਉੱਠ ਕੇ ਤੁਰ ਪਿਆ ਸੀ। ਵੈਸੇ ਸੋਨੀਆ ਨਾਲ ਪ੍ਰੋਗਰਾਮ ਕਰਦਿਆਂ ਕਈ ਵਾਰ ਉਹ ਅਮਰ ਨੂਰੀ ਨੂੰ ਨਾਲ ਲੈ ਜਾਇਆ ਕਰਦੇ ਸਨ, ਪਰ ਅਮਰ ਨੂਰੀ ਦਾ ਝੁਕਾਅ ਫਿਲਮਾਂ ਅਤੇ ਟੈਲੀਵਿਜ਼ਨ ਵੱਲ ਜ਼ਿਆਦਾ ਸੀ, ਬਾਕੀ ਉਹ ਹੋਰ ਗਾਇਕਾਂ ਨਾਲ ਪ੍ਰੋਗਰਾਮ 'ਤੇ ਰੁੱਝੀ ਰਹਿੰਦੀ ਸੀ। ਅਜੇ ਉਹ ਸੁਰਿੰਦਰ ਸ਼ਿੰਦੇ ਦੇ ਦਫ਼ਤਰ ਵੱਲ ਜਾ ਹੀ ਰਹੇ ਸਨ ਕਿ ਚਮਕੀਲੇ ਨੂੰ ਊਸ਼ਾ ਕਿਰਨ ਦਾ ਖਿਆਲ ਆ ਗਿਆ ਸੀ। ਊਸ਼ਾ ਕਿਰਨ ਕਦੇ ਕਦੇ ਸ਼ਿੰਦੇ ਨਾਲ ਗਾਉਣ ਜਾਇਆ ਕਰਦੀ ਸੀ। ਚਮਕੀਲਾ ਜਾਣਦਾ ਸੀ ਕਿ ਊਸ਼ਾ ਦਾ ਘਰ ਵਾਲਾ ਰਾਮਜੀਤ ਮੌਜੀ ਨੇਕੀ ਕਾਤਲ ਦੇ ਦਫ਼ਤਰ ਵਿੱਚ ਮਿਲੇਗਾ। ਚਮਕੀਲਾ ਅਤੇ ਟਿੱਕੀ ਜਾ ਕੇ ਮੌਜੀ ਨੂੰ ਮਿਲੇ। ਮੌਜੀ ਨੇ ਖੁਸ਼ੀ ਖੁਸ਼ੀ ਪ੍ਰਵਾਨਗੀ ਦੇ ਦਿੱਤੀ ਸੀ। ਉੱਥੋਂ ਆਉਂਦਿਆਂ ਹੋਇਆਂ ਟਿੱਕੀ ਨੇ ਚਮਕੀਲੇ ਨੂੰ ਸਲਾਹ ਦਿੱਤੀ ਸੀ, ਊਸ਼ਾ ਦੀ ਆਵਾਜ਼ ਤੇਰੇ ਨਾਲ ਮੈਚ ਨਹੀਂ ਕਰਨੀ, ਤੂੰ ਕੋਈ ਹੋਰ ਕੁੜੀ ਲੱਭ ਜਿਹੜੀ ਤੇਰੇ ਬਰਾਬਰ ਭਿੜ ਕੇ ਗਾ ਸਕੇ। ਆਪਾਂ ਸ਼ਿੰਦੇ ਦੇ ਦਫ਼ਤਰ ਚੱਲਦੇ ਹਾਂ, 36 ਕੁੜੀਆਂ ਮਿਲ ਜਾਣਗੀਆਂ। ਕੇਸਰ ਟਿੱਕੀ ਦੀ ਗੱਲ ਚਮਕੀਲੇ ਦੇ ਦਿਲ ਨੂੰ ਲੱਗ ਗਈ ਸੀ। ਉਹ ਟਿੱਕੀ ਦੇ ਨਾਲ ਸ਼ਿੰਦੇ ਦੇ ਦਫ਼ਤਰ ਨੂੰ ਚਲਾ ਗਿਆ ਸੀ। ਉੱਥੇ ਕਾਮੇਡੀ ਕਲਾਕਾਰ ਪ੍ਰਿਥੀਪਾਲ ਸਿੰਘ ਢੱਕਣ ਬੈਠਾ ਸੀ। ਚਮਕੀਲੇ ਨੇ ਉਸ ਨੂੰ ਆਪਣੇ ਸਮੱਸਿਆ ਤੋਂ ਜਾਣੂ ਕਰਵਾਇਆ, ਸਾਡੇ ਕੋਲ 3 ਪ੍ਰੋਗਰਾਮ ਬੁੱਕ ਹੋ ਗਏ ਆ, ਪਰ ਪੰਗਾ ਇਹ ਆ ਕਿ ਲਿਜਾਣ ਲਈ ਕੋਈ ਕੁੜੀ ਨਹੀਂ ਹੈ ਨੀ। ਢੱਕਣ ਲਾਲਾਂ ਸੁੱਟਣ ਲੱਗ ਪਿਆ ਸੀ, ਪਹਿਲਾਂ ਇੱਕ ਬੋਤਲ ਸ਼ਰਾਬ ਅਤੇ 1/2 ਕਿਲੋ ਸੂਰ ਦਾ ਅਚਾਰ ਲੈ ਕੇ ਆਓ, ਫਿਰ ਤੁਹਾਡਾ ਮਸਲਾ ਹੱਲ ਕਰ ਦਿੰਦਾ। ਚਮਕੀਲਾ ਭੱਜ ਕੇ ਬੋਤਲ ਅਤੇ ਅਚਾਰ ਲੈ ਆਇਆ ਸੀ। ਸ਼ਰਾਬ ਦੀ ਬੋਤਲ ਖਾਲੀ ਹੋਈ ਅਤੇ ਚਮਕੀਲੇ ਨੇ ਢੱਕਣ ਦੇ ਹੁੱਜ ਮਾਰੀ ਸੀ, ਹਾਂ ਦੱਸ ਫਿਰ ਕੀ ਹੈ ਸਾਡੇ ਮਸਲੇ ਦਾ ਹੱਲ। ਲੈ ਬਾਈ ਸਕੀਮ ਤੁਹਾਨੂੰ ਮੈਂ ਦੱਸ ਦਿੰਦਾ, ਕੋਸ਼ਿਸ਼ ਤੁਸੀਂ ਆਪ ਕਰਨੀ ਹੈ, ਛੇਤੀ ਦੱਸ ਕੀ ਸਕੀਮ ਆ। ਚਮਕੀਲਾ ਕਾਲਾ ਪਿਆ ਹੋਇਆ ਸੀ। ਮਾਣਕ ਨਾਲ ਇੱਕ ਫਰੀਦਕੋਟ ਵਾਲੀ ਗਿਆਨੀ ਗੁਰਚਰਨ ਸਿੰਘ ਮਟੂ ਦੀ ਕੁੜੀ ਗਾਉਂਦੀ ਸੀ, ਅਮਰਜੋਤ। ਮਾਣਕ ਨਾਲ ਉਹਦਾ ਸੈੱਟ ਟੁੱਟ ਗਿਆ। ਮਾਣਕ ਦਾ ਤੁਹਾਨੂੰ ਪਤਾ, ਦਾਰੂ ਪੀ ਕੇ ਝੱਲ ਖਿਲਾਰ ਦਿੰਦਾ, ਤੁਸੀਂ ਉਹਨੂੰ ਮਨਾ ਕੇ ਲੈ ਜਾਓ, ਸੋਹਣਾ ਗਾਉਂਦੀ ਹੈ, ਉਹ ਦੇਖਣ ਨੂੰ ਵੀ ਸੋਹਣੀ ਵਾ, ਉਹਨੂੰ ਤਾਂ ਫਿਰ ਤੂੰ ਜਾਣਦਾ, ਇਉਂ ਕਰ ਤੈਨੂੰ 20-50 ਰੁਪਏ ਦੇ ਦੇਵਾਂਗੇ, ਤੂੰ ਸਾਡੀ ਕਹਾਣੀ ਫਿੱਟ ਕਰ ਦੇ। ਚਮਕੀਲੇ ਨੇ ਢੱਕਣ ਨੂੰ ਲਾਲਚ ਦਿੱਤਾ ਸੀ। ਢੱਕਣ ਚਮਕੀਲੇ ਦੀ ਮਜਬੂਰੀ ਸਮਝਦਾ ਸੀ, ਇਉਂ ਕਰ ਫਿਰ ਇੱਕ ਬੋਤਲ ਹੋਰ ਲੈ ਆ। ਚਮਕੀਲਾ ਇੱਕ ਬੋਤਲ ਹੋਰ ਖਰੀਦ ਕੇ ਲੈ ਆਇਆ ਸੀ, ਉਹ ਪੀ ਕੇ ਢੱਕਣ ਆਪਣੇ ਤੋੜੇ ਵਰਗੇ ਢਿੱਡ ਦੇ ਹੱਥ ਫੇਰਦਾ ਹੋਇਆ ਮੁੱਕਰ ਗਿਆ ਸੀ। ਨਹੀਂ ਬਾਈ ਮੈਂ ਨਹੀਂ ਜਾਣਦਾ, ਮੈਂ ਦਫ਼ਤਰ ਛੱਡ ਕੇ ਗਿਆ ਤਾਂ ਸ਼ਿੰਦਾ ਮੈਨੂੰ ਗੁੱਸੇ ਹੋਊ, ਤੁਸੀਂ ਆਪਣਾ ਕੰਮ ਆਪ ਸਵਾਰੋ, ਰਸਤਾ ਮੈਂ ਤੁਹਾਨੂੰ ਦੱਸ ਦਿੱਤਾ, ਹੁਣ ਤੁਰਨਾ ਤੁਸੀਂ ਆਪ ਹੈ। ਟਿੱਕੀ ਵਿੱਚੋਂ ਬੋਲ ਪਿਆ ਸੀ, ਚੱਲ ਛੱਡ ਇਹਨੂੰ ਚਮਕੀਲੇ, ਮੈਂ ਜਾਣਾ ਫਰੀਦਕੋਟ, ਮੈਨੂੰ ਦੇਵ ਕਰਾਇਆ। ਚਮਕੀਲੇ ਨੇ ਝੱਟ 150 ਰੁਪਇਆ ਜੇਬ 'ਚੋਂ ਕੱਢ ਕੇ ਟਿੱਕੀ ਨੂੰ ਮੂਹਰੇ ਰੱਖ ਦਿੱਤਾ ਸੀ। ਆ ਚੁੱਕ, ਸਾਰਾ ਕੰਮ ਫਿੱਟ ਕਰਕੇ ਅਮਰਜੋਤ ਨੂੰ ਨਾਲ ਲੈ ਕੇ ਆਈ। ਉਹਨਾਂ ਨੂੰ 12 ਵਜੇ ਦੇ ਪਿੰਦਿਆਂ ਨੂੰ 3 ਵੱਜ ਗਏ ਸਨ। ਟਿੱਕੀ ਜਦੋਂ ਹੇਠਾਂ ਉਤਰਿਆ ਤਾਂ ਉਸਨੂੰ ਪਤਾ ਲੱਗਾ ਸੀ ਕਿ ਅਮਰਜੋਤ ਦਾ ਪਿਤਾ ਰੰਗੀਲੇ ਜੱਟ ਦੇ ਦਫ਼ਤਰ ਵਿੱਚ ਬੈਠਾ ਸੀ। ਉਹ ਅਮਰਜੋਤ ਦਾ ਰੰਗੀਲੇ ਜੱਟ ਨਾਲ ਸੈੱਟ ਬਣਾਉਣ ਲਈ ਆਇਆ ਸੀ। ਟਿੱਕੀ ਉਸ ਕੋਲ ਰੰਗੀਲੇ ਦੇ ਦਫ਼ਤਰ ਵਿੱਚ ਚਲਾ ਗਿਆ। ਸਤਿ ਸ਼੍ਰੀ ਅਕਾਲ ਪਾਪਾ ਜੀ, ਤੁਹਾਡੇ ਨਾਲ ਗੱਲ ਕਰਨੀ ਸੀ, ਮੈਂ ਕੋਈ ਪ੍ਰਾਈਵੇਟ ਗੱਲ ਕਰ ਰਿਹਾ, ਤੂੰ ਚੱਲ ਮੈਂ 1/2 ਘੰਟੇ ਤੱਕ ਵਿਹਲਾ ਹੋ ਕੇ ਤੈਨੂੰ ਮਿਲਦਾ। ਅਮਰਜੋਤ ਦੇ ਪਿਤਾ ਨੇ ਟਿੱਕੀ ਨੂੰ ਟਰਕਾ ਦਿੱਤਾ ਸੀ। ਜੀ ਠੀਕ ਹੈ, ਜ਼ਰੂਰ ਮਿਲ ਕੇ ਜਾਇਓ, ਬਹੁਤ ਜ਼ਰੂਰੀ ਗੱਲ ਕਰਨੀ ਹੈ ਇੱਕ ਤੁਹਾਡੇ ਨਾਲ। ਹਾਂ ਤੂੰ ਬਾਹਰ ਚੱਲ ਮੈਂ ਆਉਂਦਾ। ਟਿੱਕੀ ਬਾਹਰ ਆ ਕੇ ਉੱਥੇ ਹੀ ਖੜ੍ਹ ਗਿਆ ਸੀ ਅਤੇ ਉਸਨੂੰ ਚਮਕੀਲੇ ਨੂੰ ਸੁਨੇਹਾ ਭੇਜ ਕੇ ਬੁਲਾ ਲਿਆ ਸੀ। ਚਮਕੀਲਾ ਜਦੋਂ
ਉੱਥੇ ਪਹੁੰਚਿਆ ਤਾਂ ਟਿੱਕੀ ਦੱਸਣ ਲੱਗਾ, ਚਮਕੀਲੇ ਮੈਂ ਫਰੀਦਕੋਟ ਜਾ ਆਇਆ। ਕੀ ਮਤਲਬ? ਪਿਆਸਾ ਹੀ ਖੂਹ ਕੋਲ ਆ ਗਿਆ। ਅਮਰਜੋਤ ਦਾ ਡੈਡੀ ਉੱਪਰ ਰੰਗੀਲੇ ਜੱਟ ਦੇ ਦਫ਼ਤਰ ਵਿੱਚ ਬੈਠਾ ਹੈ। ਇਹ ਸੁਣ ਕੇ ਚਮਕੀਲੇ ਨੂੰ ਚਾਅ ਚੜ੍ਹ ਗਿਆ ਸੀ। ਛੇਤੀ ਲਿਆ ਇਹਨੂੰ ਦਫ਼ਤਰ 'ਚ। ਨਹੀਂ ਦਫ਼ਤਰ ਨਹੀਂ, ਆਪਾਂ ਇਹਨੂੰ ਆਪਣੇ ਕਮਰੇ ਵਿੱਚ ਲੈ ਚੱਲਦੇ ਹਾਂ, ਉੱਥੇ ਪਰਦੇ ਨਾਲ ਗੱਲ ਹੋ ਜੂ, ਇੱਥੇ ਸਾਰੀ ਮਾਰਕੀਟ ਵਿੱਚ ਰੌਲਾ ਪੈ ਜਾਣਾ। ਟਿੱਕੀ ਨੇ ਲੰਬੀ ਸੋਚ ਕੇ ਗੱਲ ਕੀਤੀ ਸੀ। ਥੋੜ੍ਹੀ ਦੇਰ ਨੂੰ ਅਮਰਜੋਤ ਦਾ ਪਿਤਾ ਹੇਠਾਂ ਉਤਰ ਆਇਆ ਸੀ ਅਤੇ ਦੋਨੋਂ ਜਾਣੇ ਉਸਨੂੰ ਕਮਰੇ ਵਿੱਚ ਲੈ ਗਏ। ਰੰਗੀਲੇ ਜੱਟ ਨਾਲ ਗੱਲ ਸਿਰੇ ਨਾ ਚੜ੍ਹੀ ਹੋਣ ਕਰਕੇ ਅਮਰਜੋਤ ਦਾ ਪਿਤਾ ਸੌਖਾ ਹੀ ਮੰਨ ਗਿਆ ਸੀ। ਸ਼ਰਤਾਂ ਮੁਤਾਬਿਕ 600 ਰੁਪਇਆ ਪ੍ਰਤੀ ਪ੍ਰੋਗਰਾਮ ਅਤੇ ਦੋ ਬੰਦਿਆਂ ਦੀ ਫਰੀਦਕੋਟ ਤੋਂ ਜਾਣ ਆਉਣ ਦਾ ਕਿਰਾਇਆ ਤੈਅ ਹੋ ਗਿਆ ਸੀ। ਚਮਕੀਲੇ ਨੇ ਅਮਰਜੋਤ ਦੇ ਡੈਡੀ ਦੀ ਬਹੁਤ ਸੇਵਾ ਕੀਤੀ ਅਤੇ ਰੋਹ ਪਾਉਣ ਲਈ ਦੱਸਿਆ ਸੀ ਕਿ ਸੋਨੀਆ ਨਾਲ ਉਸਦਾ ਕਿਹੜੇ ਕਿਹੜੇ ਗੀਤ ਆਏ ਸਨ। ਰਾਤ ਨੂੰ ਅਮਰਜੋਤ ਦਾ ਪਿਤਾ ਉਹਨਾਂ ਕੋਲ ਹੀ ਰਿਹਾ ਅਤੇ ਉਹ ਸਵੇਰੇ ਫਰੀਦਕੋਟ ਨੂੰ ਗਿਆ ਸੀ। ਅਮਰਜੋਤ ਦੇ ਪਿਤਾ ਨੇ ਜਦੋਂ ਅਮਰਜੋਤ ਨੂੰ ਚਮਕੀਲੇ ਬਾਰੇ ਦੱਸਿਆ ਤਾਂ ਉਸਨੇ ਝਿਜਕ ਪ੍ਰਗਟ ਕਰਦਿਆਂ ਕਿਹਾ ਸੀ, ਨਵਾਂ ਬੰਦਾ ਹੈ, ਆਪਾਂ ਨੂੰ ਉਸਦਾ ਸੁਭਾਅ ਅਤੇ ਡੀਲਿੰਗ ਬਾਰੇ ਕੁਝ ਨਹੀਂ ਪਤਾ। ਅਮਰਜੋਤ ਦੇ ਪਿਤਾ ਨੇ ਚਮਕੀਲੇ ਦੀ ਤਾਰੀਫ ਕਰਦਿਆਂ ਕਿਹਾ ਸੀ, ਸੁਭਾਅ ਤਾਂ ਬਹੁਤ ਵਧੀਆ, ਬੰਦਾ ਵੀ ਬੀਬਾ ਲੱਗਦਾ, ਜੇ ਨਾ ਠੀਕ ਲੱਗਿਆ ਤਾਂ ਇੱਕ ਦੋ ਪ੍ਰੋਗਰਾਮ ਲਾ ਕੇ ਜਵਾਬ ਦੇ ਦੇਵਾਂਗੇ। ਅਮਰਜੋਤ ਰਾਜ਼ੀ ਹੋ ਗਈ ਸੀ। ਅਗਲੇ ਦਿਨ ਅਮਰਜੋਤ ਆਪਣੇ ਭਰਾ ਜਸਪਾਲ ਸਿੰਘ ਪੱਪੂ ਨੂੰ ਲੈ ਕੇ ਚਮਕੀਲੇ ਦੇ ਦਫ਼ਤਰ ਵਿਖੇ ਸਾਜਰੀ ਪਹੁੰਚ ਗਈ ਸੀ। ਚਮਕੀਲਾ ਅਜੇ ਪਿੰਡੋਂ ਨਹੀਂ ਸੀ ਆਇਆ। ਟਿੱਕੀ ਉਹਨਾਂ ਦੋਨਾਂ ਭੈਣ ਭਰਾਵਾਂ ਨੂੰ ਆਪਣੇ ਕਮਰੇ ਵਿੱਚ ਲੈ ਗਿਆ ਸੀ। ਉੱਥੇ ਉਹਨਾਂ ਲਈ ਚਾਹ ਪਾਣੀ ਮੰਗਵਾਇਆ ਅਤੇ ਕਿਹਾ ਸੀ, ਤੁਸੀਂ ਬੈਠੋ, ਮੈਂ ਚਮਕੀਲੇ ਨੂੰ ਬੁਲਾ ਕੇ ਲਿਆਉਂਦਾ ਹਾਂ। ਦਫ਼ਤਰ ਆ ਕੇ ਟਿੱਕੀ ਦੁਗਰੀ ਜਾਣ ਦੀ ਅਜੇ ਤਿਆਰੀ ਕਰ ਰਿਹਾ ਸੀ ਕਿ ਜਦ ਨੂੰ ਚਮਕੀਲਾ ਸਾਈਕਲ 'ਤੇ ਉੱਥੇ ਪਹੁੰਚ ਗਿਆ ਜੀ। ਟਿੱਕੀ ਨੇ ਅਮਰਜੋਤ ਅਤੇ ਉਸਦਾ ਭਰਾ ਆਉਣ ਬਾਰੇ ਦੱਸਿਆ ਤਾਂ ਚਮਕੀਲਾ ਅਮਰਜੋਤ ਨੂੰ ਮਿਲਣ ਲਈ ਕਾਹਲਾ ਪੈ ਗਿਆ ਸੀ। ਕਾਹਲੀ ਵਿੱਚ ਉਹਨੇ ਸਾਈਕਲ ਸਟੈਂਡ 'ਤੇ ਵੀ ਨਹੀਂ ਲਾਇਆ, ਬਲਕਿ ਉਵੇਂ ਹੀ ਜ਼ਮੀਨ 'ਤੇ ਸਿੱਟ ਕੇ ਲੰਬਾ ਪਾ ਦਿੱਤਾ ਸੀ। ਟਿੱਕੀ ਨੇ ਕਮਰੇ ਵਿੱਚ ਲਿਜਾ ਕੇ ਅਮਰਜੋਤ ਅਤੇ ਉਸਦੇ ਭਰਾ ਦਾ ਚਮਕੀਲੇ ਨਾਲ ਜਾਣੂ ਕਰਵਾਇਆ ਸੀ। ਲਓ ਜੀ, ਆ ਗਿਆ ਚਮਕੀਲਾ। ਅਮਰਜੋਤ ਨੇ ਚਮਕੀਲੇ ਨੂੰ ਦੇਖ ਕੇ ਵਿਅੰਗ ਨਾਲ ਹੱਸਦਿਆਂ ਕਿਹਾ ਸੀ, ਇਹ ਆ ਚਮਕੀਲਾ। ਦਰਅਸਲ ਅਮਰਜੋਤ ਭਾਵੇਂ ਚਮਕੀਲੇ ਤੋਂ 2 ਸਾਲ ਛੋਟੀ ਸੀ, ਪਰ ਅਮਰਜੋਤ ਨੇ ਉਸ ਤੋਂ ਪਹਿਲਾਂ ਪਰੋੜ ਉਮਰ ਦੇ ਗਾਇਕਾ ਪਿਆਰਾ ਸਿੰਘ ਪੰਛੀ, ਧੰਨਾ ਸਿੰਘ ਰੰਗੀਲਾ, ਸ਼ੀਤਲ ਸਿੰਘ ਸ਼ੀਤਲ, ਕਰਨੈਲ ਗਿੱਲ, ਕੁਲਦੀਪ ਮਾਣਕ ਵਰਗਿਆਂ ਨਾਲ ਲਗਾਇਆ ਸੀ ਅਤੇ ਚਮਕੀਲੇ ਦਾ ਨਾਮ ਸੁਣ ਕੇ ਉਸਨੇ ਕਲਪਨਾ ਕਰ ਰੱਖੀ ਸੀ ਕਿ ਕੋਈ ਅੱਧਕੜ ਉਮਰ ਦਾ ਗਵੱਈਆ ਹੋਵੇਗਾ, ਲੇਕਿਨ 19-20 ਸਾਲਾਂ ਦਾ ਗੱਭਰੂ ਗਾਇਕ ਨੂੰ ਦੇਖ ਕੇ ਉਸਨੂੰ ਅਚੰਭਾ ਲੱਗਿਆ ਸੀ। ਉਹ ਹੱਸ ਪਈ ਅਤੇ ਨੱਕ ਚੜ੍ਹਾ ਕੇ ਬੋਲੀ ਸੀ, ਇਹ ਮੇਰੇ ਨਾਲ ਗਾ ਲਵੇਗਾ? ਅਮਰਜੋਤ ਦੇ ਮੂੰਹੋਂ ਇਹ ਗੱਲ ਸੁਣ ਕੇ ਚਮਕੀਲਾ ਕੱਚਾ ਜਿਹਾ ਹੋ ਕੇ ਬੇਇੱਜ਼ਤੀ ਮਹਿਸੂਸ ਕਰ ਗਿਆ ਸੀ। ਚਮਕੀਲੇ ਨੂੰ ਸ਼ਰਮ ਨਾਲ ਪਾਣੀ ਪਾਣੀ ਹੋਇਆ ਦੇਖ ਕੇ ਟਿੱਕੀ ਨੇ ਗੱਲ ਸਾਂਭੀ ਸੀ, ਤੁਸੀਂ ਇਹਦੀ ਉਮਰ ਨਾ ਦੇਖੋ, ਇੱਕ ਵਾਰੀ ਇਹਦਾ ਗੀਤ ਸੁਣੋ, ਚੱਲ ਸੁਣਾ ਚਮਕੀਲੇ। ਚਮਕੀਲੇ ਨੇ ਮੰਜੇ ਥੱਲੇ ਆਵਾਜ਼ਾਂ ਕੱਢ ਲਿਆ ਸੀ, ਟਿੱਕੀ ਬਾਈ ਕਿਹੜਾ ਗੀਤ ਸੁਣਾਵਾਂ, ਜਿਹੜਾ ਮਰਜ਼ੀ ਸੁਣਾ ਦੇ, ਤੇਰੇ ਸਾਰੇ ਗੀਤ ਹੀ ਵਧੀਆ ਨੇ। ਟਿੱਕੀ ਨੇ ਚਮਕੀਲੇ ਦੇ ਨੰਬਰ ਬਣਾਉਣੇ ਚਾਹੇ ਸਨ। ਚਮਕੀਲੇ ਨੇ ਵਾਜੇ ਦੇ ਉਂਗਲਾਂ ਨਚਾ ਕੇ ਗੀਤ ਛੇੜ ਲਿਆ ਸੀ, ਜਦੋਂ ਤੈਨੂੰ ਮਤਲਬ ਸੀ ਕਰਦਾ ਸੀ ਭਾਬੀ ਭਾਬੀ। ਚਮਕੀਲੇ ਦੀਆਂ ਗੀਤ ਗਾਉਂਦੇ ਵਕਤ ਹਾਰਮੋਨੀਅਮ 'ਤੇ ਕਲਾ ਬਾਜ਼ੀਆਂ ਲਾਉਂਦੀਆਂ ਉਂਗਲਾਂ ਦੇਖ ਕੇ ਅਮਰਜੋਤ ਦੰਗ ਰਹਿ ਗਈ ਸੀ। ਗੀਤ ਦੇ ਬੋਲ ਉਸਦੇ ਤੁਰ ਅੰਦਰ ਉਤਰ ਗਏ ਸਨ ਅਤੇ ਦਿਲ ਖਿੱਚਵੀਂ ਆਵਾਜ਼ ਦਾ ਨਸ਼ਾ ਉਸਦੇ ਦਿਮਾਗ ਨੂੰ ਚੜ੍ਹ ਗਿਆ ਸੀ। ਚਮਕੀਲੇ ਦਾ ਜਾਦੂ ਅਮਰਜੋਤ ਦੇ ਸਿਰ ਚੜ੍ਹ ਕੇ ਬੋਲ ਗਿਆ ਸੀ। ਚਮਕੀਲਾ ਇੱਕ ਤੋਂ ਬਾਅਦ ਇੱਕ ਗੀਤ ਸੁਣਾਉਂਦਾ ਗਿਆ ਸੀ ਅਤੇ ਅਮਰਜੋਤ ਮੰਤਰ ਮੁਗਧ ਹੋ ਕੇ ਬੈਠੀ ਸੁਣਦੀ ਰਹੀ ਸੀ। ਦੋਸਤੋ, ਇਹ ਸੀ ਅਮਰ ਸਿੰਘ ਚਮਕੀਲਾ ਜੀ ਨੂੰ ਪਹਿਲੀ ਵਾਰ ਜਦੋਂ ਪ੍ਰੋਗਰਾਮ ਲਗਾਉਣਾ ਸੀ ਤਾਂ ਕੀ ਮੁਸ਼ਕਲਾਂ ਆਈਆਂ, ਜੋ ਕਿ ਬਸ ਸ਼ਹੀਦ ਕਿਤਾਬ ਬਲਰਾਜ ਸਿੰਘ ਸਿੱਧੂ ਦੀ 14 ਭਾਗ ਪਹਿਲਾ ਪ੍ਰੋਗਰਾਮ ਤੋਂ ਪੜ੍ਹ ਕੇ ਸੁਣਾਇਆ ਹੈ। ਦੋਸਤੋ, ਉਮੀਦ ਕਰਦਾ ਹਾਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ। ਦੋਸਤੋ, ਹੋਰ ਅਪਡੇਟ ਲਈ ਜਲਦ ਹਾਜ਼ਰ ਹੋਵਾਂਗੇ। ਹੁਣ ਲਈ ਦਿਓ ਇਜਾਜ਼ਤ।